ਦੁੱਲੇ ਦੀ ਗਲੀ ਕਹਿਣ ਲੱਗਿਆ। ਕਹਿੰਦੇ ਦੁੱਲੇ ਨੇ ਅਕਬਰ ਬਾਦਸ਼ਾਹ ਦੇ ਦਰਬਾਰੀ ਨੂਰ ਖਾਂ ਦੀ ਮਾਂ ਜਿੰਦੀ ਬੇਗ ਨੂੰ ਲੁੱਟ ਲਈ। ਉਹ ਪਾਕੇ ਹੋਏ ਕੱਪੜੇ ਲਾ ਕੇ ਵਾਲ ਖੁੱਲਿਆਂ ਨਾਲ ਅਕਬਰ ਤੋਂ ਬਾਦਸ਼ਾਹ ਦੇ ਦਰਬਾਰ ਆ ਪਹੁੰਚੀ ਤੇ ਦੁੱਲੇ ਦੀ ਸ਼ਿਕਾਇਤ ਕੀਤੀ। ਤਾਂ ਬਾਦਸ਼ਾਹ ਅਕਬਰ ਨੇ ਆਪਣੇ ਸਿਪੇ ਸਲਾਰਾਂ ਨੂੰ ਕਿਹਾ, ਕੋਈ ਹੈ ਜੋ ਦੁੱਲੇ ਨੂੰ ਫੜ ਕੇ ਦਰਬਾਰ ਵਿੱਚ ਪੇਸ਼ ਕਰੇ? ਤਾਂ ਅਕਬਰ ਦਾ ਦਰਬਾਰੀ ਮਿਰਜ਼ਾ ਨਿਜ਼ਾਮਦੀਨ ਆ ਕੇ ਕਹਿਣ ਲੱਗਾ, ਉਹ ਬੋਲਿਆ ਮਿਰਜ਼ਾ ਨਿਜ਼ਾਮਦੀਨ ਅਕਬਰ ਨੂੰ ਕਰੇ, ਮੈਂ ਬੁਰਾ ਮਿਰਜ਼ਾ ਨਿਜ਼ਾਮਦੀਨ ਸਰ ਕੀਤੀ ਕਾਬਲ, ਦੁੱਲੇ ਵਰਗੇ ਸੂਰਮੇ ਮੇਰੇ ਨੀਰ ਧਰਿੰਦੇ, ਜੇ ਕਹੇ ਆਵਾਂ ਪੱਟੀ ਨੂੰ ਮਾਰ ਕੇ, ਨਹੀਂ ਤਾਂ ਬੰਨ ਲਿਆਵਾਂ ਸਹੁਰੇ ਦੀ। ਤਾਂ ਬਾਦਸ਼ਾਹ ਅਕਬਰ ਕਹਿੰਦੇ ਦੁੱਲੇ ਨੂੰ ਜਿਉਂਦਿਆਂ ਫੜ ਕੇ ਦਰਬਾਰ ਵਿੱਚ ਪੇਸ਼ ਕਰਨਾ। ਤਾਂ ਮਿਰਜ਼ਾ ਨਿਜ਼ਾਮਦੀਨ ਦੁੱਲੇ ਨੂੰ ਫੜ ਲਈ ਆਪਣੀਆਂ ਫੌਜਾਂ ਫਿਰ ਸਮੇਤ, ਹੇ ਕਿਉਂ ਚੜਾਈ ਕਰਦਾ ਬਈ?
ਪੁੱਛਦਾ ਪਾਂਦੀਆਂ ਸ਼ਹਿਰ ਦੁੱਲੇ ਦਾ ਕਿਤਨੀ ਕ ਵੈਰੀ ਕਹਿੰਦੇ ਆਖੜਾ ਬਹੁਤੀਆਂ।